ਹਾਂਜੀ ਤੁਸੀਂ ਆਪਣੀ ਮੇਲ ਆਈਡੀ ਭਰ ਲਓ ਮੇਲ ਆਈਡੀ ਭਰ ਕੇ ਇੱਕ ਪਾਸਵਰਡ ਦੇਣਾ ਹੁੰਦਾ ਤੁਸੀਂ ਪਾਸਵਰਡ ਦੇ ਲਓ ਤੇ ਤੁਸੀਂ ਫੋਨ ਨੰਬਰ ਵੀ ਆਪਣਾ ਭਰ ਸਕਦੇ ਹੋ ਤੇ ਤੁਹਾਡਾ ਜਿਹੜਾ ਅਕਾਊਂਟ ਆ ਉਹ ਕ੍ਰੀਏਟ ਹੋ ਗਿਆ ਅਕਾਊਂਟ ਕ੍ਰੀਏਟ ਹੋਣ ਤੋਂ ਬਾਅਦ ਤੁਸੀਂ ਕਨਫਰਮ ਕਰ ਦਿਓ ਕਿ ਹਾਂਜੀ ਮੈਨੂੰ ਨੋਟੀਫਿਕੇਸ਼ਨ ਚਾਹੀਦਾ ਤੇ ਤੁਸੀਂ ਹੁਣ ਸਬਸਕ੍ਰਾਈਬ ਹੋ ਗਏ ਹੋ ਯੂਕੇ ਦੀ ਗਵਰਨਮੈਂਟ ਸਾਈਟ ਤੇ ਫਰੀ ਵੀਜ਼ਾ ਲਈ ਨੰਦੀ ਸਸੀ ਕਾਲ ਜੀ ਸਾਰਿਆਂ ਨੂੰ ਜਪਜੀਤ ਧਾਲੀਵਾਲ ਯੂਕੇ ਚੈਨਲ ਤੇ ਤੁਹਾਡਾ ਸਵਾਗਤ ਹੈ ਖਿੱਚ ਲਓ ਫਿਰ ਤਿਆਰੀ ਲੋਟਰੀ ਵੀਜ਼ਾ ਜਿਹੜਾ ਬਹੁਤ ਟਾਈਮ ਦੇ ਆਪਾਂ ਵੇਟ ਕਰੀ ਜਾਂਦੇ ਸੀ ਲੋਟਰੀ ਵੀਜ਼ਾ ਲੋਟਰੀ ਵੀਜ਼ਾ ਬਹੁਤ ਸਾਰੇ ਮੈਨੂੰ ਮੈਸੇਜ ਡੇਲੀ ਇਹਨੂੰ ਹੀ ਆਉਂਦੇ ਆ ਕਿ ਲੋਟਰੀ ਵੀਜ਼ਾ ਕਦੋਂ ਓਪਨ ਹੋਣਾ ਲੋਟਰੀ ਵੀਜ਼ਾ ਕਦੋਂ ਓਪਨ ਹੋਣਾ ਲੋਟਰੀ ਵੀਜ਼ੇ ਲਈ ਕਿਉਂਕਿ 2024 ਦੇ ਵਿੱਚ ਜਿਹੜੇ ਦੋ ਵਾਰੀ ਓਪਨ ਹੋਣਾ ਹੁੰਦਾ ਇੱਕ ਵਾਰੀ ਇਹ ਜਿਹੜਾ ਲੋਟਰੀ ਵੀਜ਼ਾ ਜਿਹਨੂੰ ਬੈਲਟ ਆਪਾਂ ਬੈਲਟ ਤੇ ਜਾਣਾ ਹੁੰਦਾ ਓਪਨ ਹੋ ਗਿਆ ਤੇ ਇੱਕ ਵਾਰੀ ਹੋਣੇ ਜੁਲਾਈ ਚੋਂ ਸੋ ਇਹਦੀ ਆਪਾਂ ਸਾਰੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਇੱਕ ਰਿਕਵੈਸਟ ਆ ਤੁਹਾਨੂੰ ਕਿ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਜੁੜੇ ਰਹੋ। ਵਾਸੇ ਕਰਦੇ ਹੋ ਤੁਸੀਂ ਮੈਨੂੰ ਪਤਾ ਬਟ ਕਰ ਲਿਓ। ਨਹੀਂ ਕੀਤਾ ਤਾਂ ਕਰ ਲਿਓ ਤੇ ਜੇ ਕਿਸੇ ਦੇ ਕੰਮ ਆਉਣ ਵਾਲੀ ਵੀਡੀਓ ਤਾਂ ਉਹਨੂੰ ਜਰੂਰ ਸ਼ੇਅਰ ਕਰ ਦਿਓ। ਜਿਹੜਾ ਲੋਟਰੀ ਵੀਜ਼ਾ 2024 ਦੇ ਵਿੱਚ ਤੁਹਾਨੂੰ ਪਤਾ ਹੈ ਕਿ ਨੇ ਇੱਕ ਵਾਰੀ ਬੈਲਟ ਨੇ ਹੋਰ ਓਪਨ ਹੋਣਾ ਸਭ ਨੂੰ ਪਤਾ ਤੇ ਇਹਦੇ ਬੜੇ ਜਿਹੜੇ ਚਾਂਸ ਆ ਉਹ ਇਹ ਜੁਲਾਈ 'ਚ ਹੀ ਆ। ਕਿਨੇ ਜੁਲਾਈ ਚ ਓਪਨ ਹੋ ਜਾਣਾ ਕਿਉਂਕਿ ਫੇਰ ਅੱਗੇ ਜੁਲਾਈ ਦੇ ਵਿੱਚ ਫਿਰ ਲੋਟਰੀ ਨਿਕਲੂਗੀ ਫੇਰ ਅੱਗੇ 3 ਮਹੀਨਾ ਦਾ ਟਾਈਮ ਮਿਲੂਗਾ ਕਿਉਂਕਿ ਇਹਨਾਂ ਨੇ ਉਹ 2024 ਚ ਪ੍ਰੋਸੈਸ ਖਤਮ ਕਰਨਾ ਹੁੰਦਾ ਇੱਕ ਵਾਰ ਇਹਨਾਂ ਨੇ ਖਤਮ ਕਰਤਾ ਪਹਿਲੇ 6 ਮਹੀਨਾ ਚ ਹੁਣ ਦੂਜੇ 6 ਮਹੀਨਾ ਚ ਫਿਰ ਖਤਮ ਕਰਨਗੇ ਸੋ ਬਹੁਤ ਜ਼ਿਆਦਾ ਚਾਂਸ ਆ ਕਿ ਜੁਲਾਈ ਦੇ ਐਂਡ ਵਾਲੇ ਵੀਕ ਇਹਨੇ ਓਪਨ ਹੋ ਜਾਣਾ ਹੁਣ ਇਹਦੀ ਪ੍ਰੋਬਲਮ ਪਤਾ ਕੀ ਆ ਕਿ ਇਹ ਓਪਨ ਬੜੇ ਥੋੜੇ ਟਾਈਮ ਲਈ ਹੁੰਦਾ ਜਿਹੜਾ ਬੈਲਟ ਆ ਜਿੱਦੇ ਚ ਆਪਾਂ ਲੋਟਰੀ ਪਾਉਣੀ ਹੁੰਦੀ ਆਪਣੀ ਉਹ ਬੜੇ ਥੋੜੇ ਸਮੇਂ ਲਈ ਓਪਨ ਹੁੰਦਾ ਤੇ ਕਈ ਬੰਦੇ ਡਰ ਦੇ ਮਾਰੇ ਮੈਨੂੰ ਮੈਸੇਜ ਕਰੀ ਜਾਂਦੇ ਆ ਕਿ ਯਾਰ ਸਾਨੂੰ ਪਤਾ ਨਹੀਂ ਲੱਗਣਾ ਵੈਸੇ ਤਾਂ ਨੋਟੀਫਿਕੇਸ਼ਨ ਜਦੋਂ ਆਊਗਾ ਇੰਨਾ ਰੌਲਾ ਪੈ ਜਾਣਾ ਇਹਦਾ ਮੈਂ ਵੀ ਵੀਡੀਓ ਬਣਾ ਦੇਣੀ ਆ ਆ 15 ਦਿਨ ਪਹਿਲਾਂ ਹੀ ਪਤਾ ਲੱਗੇਣਾ 10 ਦਿਨ ਐਟ ਲੀਸਟ ਨੂੰ ਪਹਿਲਾਂ ਪਤਾ ਲੱਗਣਾ ਕਿ ਇਹਨੇ ਆ ਦੋ ਦਿਨ ਖੁੱਲਣਾ ਇੰਨੇ ਵਜੇ ਸ਼ੁਰੂ ਹੋਊਗਾ ਇੰਨੇ ਵਜੇ ਬੰਦ ਹੋਊਗਾ ਤੁਹਾਨੂੰ ਪਤਾ ਲੱਗੇਗਾ ਬਟ ਫਿਰ ਵੀ ਜੇ ਤੁਹਾਨੂੰ ਡਰ ਆ ਤੇ ਕਿਉਂ ਨਾ ਯੂਕੇ ਦੀ ਗਵਰਨਮੈਂਟ ਦੇ ਜਿਹੜੀ ਸਾਈਟ ਆ ਉਹ ਇਹ ਤੁਸੀਂ ਆਪਣੇ ਜਿਹੜੀ ਮੇਲ ਆਈਡੀ ਆ ਉਹਨੂੰ ਵੀ ਤੁਸੀਂ ਐਡ ਕਰ ਸਕਦੇ ਹੋ ਜਦੋਂ ਹੀ ਇਹਦਾ ਕੋਈ ਨੋਟੀਫਾਈ ਆਊਗਾ ਇਸ ਸਾਈਟ ਦੇ ਉੱਤੇ ਜਾਂ ਇਸ ਪੇਜ ਦੇ ਉੱਤੇ ਤਾਂ ਤੁਹਾਨੂੰ ਜਿਹੜੀ ਯੂਕੇ ਦੀ ਗਵਰਨਮੈਂਟ ਆ ਉਹ ਮੇਲ ਕਰੂਗੀ ਕਿ ਹਣ ਜੀ ਜਿਹੜਾ ਲੋਟਰੀ ਵੀਜ਼ਾ ਉਹ ਆ ਜਿਹੜਾ ਸ਼ੁਰੂ ਹੋ ਚੁੱਕਿਆ ਜਾਂ ਇਸ ਤਰੀਕ ਨੂੰ ਸ਼ੁਰੂ ਹੋਣਾ ਆਪਣਾ ਰੈਡੀ ਹੋ ਜਾਓ ਸੋ ਰੈਡੀ ਤੁਸੀਂ ਲਗਭਗ ਹੋ ਹੀ ਜਾਓ ਕਿ ਤੁਹਾਨੂੰ ਦੋ ਤਿੰਨ ਗੱਲਾਂ ਦੱਸ ਦਿਨਾ ਕਿ ਉਸ ਤੋਂ ਪਹਿਲਾਂ ਇੱਕ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਤੁਹਾਨੂੰ ਥੋੜੀ ਹੋਰ ਹੋਰ ਗੱਲ ਦੱਸਣੀ ਆ ਕਿ ਜਿਹੜਾ ਤੁਸੀਂ ਇੰਸਟਾਗ੍ਰਾਮ ਤੇ ਮੈਸੇਜ ਕਰਦੇ ਹੋ ਪਲੀਜ਼ ਹੈਲੋ ਹਾਲ ਨਾ ਕਰਿਆ ਕਰੋ ਸਿਰ ਮੈਨੂੰ ਵਾਇਸ ਨੋਟ ਛੱਡਿਆ ਕਰੋ ਤੇ ਜਿਹੜਾ ਯੂਕੇ ਹੈਲਪ ਗਰੁੱਪ ਬਣਿਆ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਉਹਦੇ ਵਿੱਚ ਵੀ ਸਿਰੋ ਕੰਮ ਦੀ ਗੱਲ ਹੀ ਕਰਿਆ ਕਰੋ ਇੰਨੀ ਕੁ ਮੇਰੀ ਰਿਕਵੈਸਟ ਹਰ ਵਾਰੀ ਕਰਦਾ ਮੈਂ ਜਿਹੜਾ ਯੂਥ ਮਿਲਟੀ ਵੀਜ਼ਾ ਯੂਥ ਮਿਲਟੀ ਦੇ ਵੀਜ਼ਾ ਦਾ ਵਿੱਚ ਇੱਕ ਦੋ ਗੱਲਾਂ ਤੁਸੀਂ ਧਿਆਨ ਨਾਲ ਪਹਿਲਾਂ ਹੀ ਸੁਣ ਲਓ ਯਾਰ ਕਿ ਹਾਲੇ ਲੋਟਰੀ ਪਈ ਨਹੀਂ ਤੇ ਏਜੰਟਾਂ ਦੇ ਪਿੱਛੇ ਨਾ ਲੱਗ ਜਿਓ ਏਜੰਟਾਂ ਦਾ ਇਹਦੇ ਵਿੱਚ ਕੋਈ ਰੋਲਾ ਨਹੀਂ ਆ ਫਿਰ ਹਾਲ ਤੁਹਾਡੀ ਲੋਟਰੀ ਪੈਣੀ ਆ ਇੱਕ ਬਾਕਸ ਦੇ ਵਿੱਚ ਉਹ ਪਤਾ ਨਹੀਂ ਤੁਹਾਡੀ ਲੋਟਰੀ ਚੱਕੀ ਜਾਣੀ ਆ ਜਾਂ ਨਹੀਂ ਚੱਕੀ ਜਾਣੀ ਆ ਸੋ ਇਹਦੇ ਵਿੱਚ ਏਜੰਟਾਂ ਦੀ ਕੋਈ ਖੇਡ ਨਹੀਂ ਆ ਜਦੋਂ ਇਹ ਓਪਨ ਹੋਊਗਾ ਤਹਾਡੀ ਮੇਲ ਐਡ ਵੀ ਦੱਸਦਾ ਤੁਸੀਂ ਕਿਵੇਂ ਐਡ ਕਰਨੀ ਆ ਤੁਹਾਨੂੰ ਮੇਲ ਆ ਜੂਗੀ ਮੈਂ ਵੀਡੀਓ ਬਣਾਉਂਗਾ ਤੁਸੀਂ ਲੋਟਰੀ ਪਾ ਦੇਣੀ ਆ ਸਿੰਪਲ ਜਿਹਾ ਪ੍ਰੋਸੈਸ ਆ ਜਿਹਨੂੰ ਨਹੀਂ ਪਤਾ ਜਿਹਨੂੰ ਪਤਾ ਉਹਨੂੰ ਤਾਂ ਪਤਾ ਹਨਾ ਤੁਸੀਂ ਲੋਟਰੀ ਪਾ ਦੇਣੀ ਆ ਲੋਟਰੀ ਤੁਹਾਡੀ ਜੇ ਲੱਗ ਗਈ ਤਾਂ ਤੁਹਾਨੂੰ ਮੇਲ ਆਊਗੀ ਸਮਝ ਗਏ ਤੁਹਾਨੂੰ ਮੇਲ ਆਊਗੀ ਕਿ ਹਾਂਜੀ ਤੁਹਾਡੀ ਜਿਹੜੀ ਤੁਸੀਂ ਸਕਸੈਸ ਹੋ ਗਏ ਹੋ ਵੈਲਟ ਦੇ ਵਿੱਚ ਤੁਸੀਂ ਆਪਣਾ ਵੀਜ਼ਾ ਪ੍ਰੋਸੈਸ ਸ਼ੁਰੂ ਕਰੋ ਵੀਜ਼ਾ ਪ੍ਰੋਸੈਸ ਤਾਂ ਫੇਰ ਸ਼ੁਰੂ ਕਰਨਾ ਉਹ ਸਾਰੇ ਬੰਦੇ ਆ ਜਿਹੜੇ ਏਜੰਟਾਂ ਦੇ ਕੋਲੇ ਜਾ ਕੇ ਪਹਿਲਾਂ ਹੀ ਪੈਸੇ ਦੇ ਆਉਂਦੇ ਆ ਇਹ ਕਿਸੇ ਦੇ ਵੱਸ ਦੀ ਗੱਲ ਨਹੀਂ ਇਹ ਲੋਟਰੀ ਲੱਗਣੀ ਆ ਫਰੀ ਦਾ ਕੰਮ ਐ ਲੋਟਰੀ 'ਚ ਕੋਈ ਪੈਸਾ ਨਹੀਂ ਆ ਉਹ ਵੀਡੀਓ ਮੈਂ ਬਣਾ ਦੂੰਗਾ ਤੁਸੀਂ ਮੇਰੀ ਵੀਡੀਓ ਵੇਖ ਕੇ ਲੋਟਰੀ ਘਰੇ ਬੈਠੇ ਪਾ ਦਿਓ ਮੋਬਾਈਲ ਤੇ ਜਾਂ ਲੈਪਟਾਪ ਤੇ ਪੈ ਜਾਣੀ ਆ ਪੈ ਗਈ ਉਸ ਤੋਂ ਬਾਅਦ ਵੇਟ ਕਰੋ ਜੇ ਸਕਸੈਸ ਹੋ ਗਿਆ ਤੇ ਵੀਜ਼ਾ ਅਪਲਾਈ ਕਰਨਾ ਨਹੀਂ ਨਹੀਂ ਕਰਨਾ ਸੋ ਹੱਥ ਬੰਨ ਕੇ ਬੇਨਤੀ ਆ ਕਿ ਪੈਸਾ ਨਾ ਖਰਾਬ ਕਰੋ ਇਹਦੇ 'ਚ ਇਹ ਘਰੇ ਬੈਠੇ ਲੋਟਰੀ ਪਾਉਣ ਦਾ ਸਿਸਟਮ ਆ ਘਰੇ ਬੈਠੇ ਹੀ ਪਾਊਗੀ ਠੀਕ ਹੈ ਮੇਰਾ ਤੁਹਾਡਾ ਨਾ ਵਾਦਾ ਆਪਾਂ ਤੁਹਾਨੂੰ ਘਰੇ ਬੈਠੀ ਸਾਰਾ ਕੁਝ ਕਰਵਾ ਦੇਣਾ ਅੱਛਾ ਤੁਸੀਂ ਆਪਣਾ ਮੇਲ ਆਈਡੀ ਐਡ ਕਰ ਸਕਦੇ ਹੋ ਇਹਨਾਂ ਦੀ ਸਾਈਟ ਤੇ ਜਾ ਕੇ ਕਿ ਜਦੋਂ ਵੀ ਇਹਨਾਂ ਦਾ ਨੋਟੀਫਿਕੇਸ਼ਨ ਆਉਂਦਾ ਤੁਹਾਨੂੰ ਮੇਲ ਨਾਲ ਦੀ ਨਾਲ ਆ ਜਾਊਗੀ ਸੋ ਜਿਨ੍ਹਾਂ ਨੂੰ ਡਾਰਾ ਗਿਆ ਯਾਰ ਸਾਨੂੰ ਤਾਂ ਪਤਾ ਨਹੀਂ ਲੱਗਣਾ ਸੋ ਉਹਨਾਂ ਨੂੰ ਪਤਾ ਲੱਗ ਜਾਊਗਾ ਚਲੋ ਮੈਂ ਤੁਹਾਨੂੰ ਦੱਸ ਦਾਂ ਕਿ ਜਿਹੜੀ ਮੇਲ ਆਈਡੀ ਆ ਉਹ ਕਿੱਥੇ ਐਡ ਕਰਨੀ ਆਪਾਂ ਬਸ ਇਸ ਤੱਕ ਕਿ ਤੁਸੀਂ ਸਾਈਟ ਤੇ ਚੱਲ ਜਾਣਾ ਯੂਥ ਮਿਲਟੀ ਸਕੀਮ ਵੀਜ਼ਾ ਖੋਲ੍ਹਿਆ ਨਾ ਠੀਕ ਹੈ ਤੁਸੀਂ ਆ ਸਾਈਟ ਚੈੱਕ ਕਰੋਗੇ ਤੇ ਇੱਥੇ ਜਿਹੜੀ ਆਪਣਾ ਇੰਡੀਆ ਹੁੰਦਾ ਹਨਾ ਇਹਦਾ ਥੋੜਾ ਜਿਹਾ ਡਿਫਰੈਂਟ ਹੁੰਦਾ ਸੋ ਉਹਨਾਂ ਨੇ ਲਿਖਿਆ ਹੋਇਆ ਤੁਸੀਂ ਇੰਡੀਆ ਵਾਲੀ ਸਾਈਟ ਤੇ ਪਾ ਉੱਥੇ ਜਾਣਾ ਤੇ ਫਿਰ ਤੁਸੀਂ ਦੇਖੋਗੇ ਅੱਗੇ ਇਹਨੂੰ ਥੋੜਾ ਜਿਹਾ ਸਟੱਡੀ ਕਰ ਲੈਣਾ ਦੇਖੋ ਉਹਨਾਂ ਨੇ ਲਿਖਿਆ ਹੋਇਆ ਕਿ ਜਿਹੜਾ ਇੱਕ ਵਾਰੀ ক্লোਜ਼ ਹੋ ਗਿਆ ਤੇ ਹੁਣ ਜਿਹੜਾ 2024 ਚ ਇੱਥੇ ਖੁੱਲੂਗਾ ਇਸੇ 베ਸ ਤੇ ਠੀਕ ਹੈ ਬਟ ਆਪਾਂ ਹੋ ਸਕਦਾ ਆਪ ਨੂੰ ਪਤਾ ਨਾ ਲੱਗੇ ਤੇ ਆਪਾਂ ਉਹ ਮੇਲ ਆ ਜਿਹੜੀ ਆਪਣੀ ਐਡ ਕਰ ਦਾਂਗੇ ਇਹਦੇ ਚ ਹਣਾ ਨੋਟੀਫਿਕੇਸ਼ਨ ਵਾਸਤੇ ਸੋ ਇਹਦਾ ਸਿੰਪਲ ਜਿਹਾ ਪ੍ਰੋਸੈਸ ਆ ਲਿਖਿਆ ਗੇਟ ਮੇਲਸ ਅਬਾਊਟ ਥਿਸ ਪੇਜ ਹਣਾ ਇੱਥੇ ਆਪਾਂ ਜਾਵਾਂਗੇ ਸੋ ਇਹਨੂੰ ਕਲਿੱਕ ਕਰਾਂਗੇ ਤਾਂ ਆਪਾਂ ਇੱਕ ਯੂਕੇ ਗਵਰਨਮੈਂਟ ਦੀ ਸਾਈਟ ਤੇ ਜਾ ਕੇ ਇੱਕ ਕ੍ਰੀਏਟ ਕਰਾਂਗੇ ਆਪਣਾ ਲੌਗਇਨ ਆਈਡੀ ਠੀਕ ਹੈ ਇਹਨੂੰ ਲੌਗਇਨ ਆਈਡੀ ਕਰ ਲਿਆ ਸੋ ਕ੍ਰੀਏਟ ਯੂਅਰ ਯੂਕੇ ਗਵਰਨਮੈਂਟ ਲੌਗਇਨ ਆਈਡੀ ਸੋ ਇੱਥੇ ਆਪਾਂ ਕ੍ਰੀਏਟ ਕਰਾਂਗੇ ਸੋ ਇਹਨੂੰ ਆਪ ਕਰਦੇ ਹਾਂ ਕਲਿੱਕ ਸੋ ਇੱਥੇ ਮੇਲ ਆਈਡੀ ਜਿਹੜੀ ਆਪਣੀ ਮੇਲ ਆਈਡੀ ਆ ਉਹ ਆਪਾਂ ਫਿਲ ਕਰ ਦੇਣਗੇ ਸੋ ਮੇਲ ਆਈਡੀ ਪਰ ਤੁਹਾਨੂੰ ਤੁਹਾਡੇ ਤੱਕ ਕੋਡ ਆਊਗਾ ਤੁਹਾਡੇ ਹਨਾ 6 ਡਿਜੀਟ ਦਾ ਕੋਡ ਆਊਗਾ ਮੇਲ ਆਈਡੀ ਦੇ ਉੱਤੇ ਉਹ ਤੁਸੀਂ ਜਿਹੜਾ 6 ਡਿਜੀਟ ਦਾ ਕੋਡ ਆ ਕੋਡ ਆ ਭਰ ਕੇ ਉਹ ਤੁਸੀਂ ਕਨਫਰਮ ਕਰ ਦੇਣੀ ਹੈ ਮੇਲ ਫਿਰ ਇੱਥੇ ਤੁਸੀਂ ਆਪਣਾ ਇੱਕ ਪਾਸਵਰਡ ਦੇਣਾ ਹਨਾ ਪਾਸਵਰਡ ਦੇ ਕੇ ਫਿਰ ਰੀਟਾਈਪ ਕਰ ਦੇਣਾ ਉਦਾਂ ਜਿੱਦਾਂ ਆਪਾਂ ਨੋਰਮਲ ਆਪਾਂ ਨੂੰ ਸਾਰਾ ਪਤਾ ਹੀ ਆ ਸੋ ਕਨਫਰਮ ਕਰਕੇ ਫਿਰ ਆਪਾਂ ਅੱਗੇ ਕਰ ਦੇਣਾ ਕੰਟੀਨਿਊ ਤੇ ਫਿਰ ਅੱਗੇ ਜਾ ਕੇ ਫਿਰ ਪੁੱਛੂਗਾ ਤੁਸੀਂ ਕੋਈ ਟੈਕਸਟ ਮੈਸੇਜ ਦੇ ਜਦੋਂ ਤੁਸੀਂ ਸਿਕਿਉਰਿਟੀ ਕੋਡਸ ਲੈਂਦੇ ਹਨਾ ਕਿੱਥੇ ਲੈਣਾ ਚਾਹੁੰਦੇ ਆਪਾਂ ਕਹਾਂਗੇ ਟੈਕਸਟ ਮੈਸੇਜ ਤੇ ਆਪਣਾ ਆਪਣਾ ਨੰਬਰ ਭਰ ਦੇਗਾ ਮੈਂ ਯੂਕੇ ਦਾ ਭਰ ਦਊਗਾ ਤੁਸੀਂ ਕਹਿ ਦਿਓ ਆਈ ਡੋਨਟ ਹੈਵ ਅ ਯੂਕੇ ਮੋਬਾਈਲ ਨੰਬਰ ਸਲੇ ਦੂਜੀ ਆਪਸ਼ਨ ਦੇ ਦਊਗਾ ਸੋ ਇਹ ਤੇ ਫਿਰ ਇਹ ਕੋਡ ਮੰਗੂਗਾ ਸੋ ਤੁਸੀਂ ਇੱਕ ਕੋਡ ਆ ਜਿਹੜਾ ਇੱਥੇ ਫਿਰ ਫਿਲ ਕਰ ਦੇਣਾ ਇਹਦੇ ਨਾਲ ਕੀ ਹੈ ਕਿ ਜਦੋਂ ਵੀ ਤੁਸੀਂ ਲੌਗਇਨ ਕਰਿਆ ਕਰੋਗੇ ਤੁਹਾਡੇ ਤੋਂ ਤੁਹਾਡੇ ਫੋਨ ਤੇ ਇੱਕ ਡਿਜੀਟ ਕੋਡ ਮੰਗਿਆ ਕਰੂਗਾ ਠੀਕ ਆ ਤੁਹਾਨੂੰ ਮੇਲ ਤੇ ਜਾਣ ਦੀ ਜਰੂਰਤ ਨਹੀਂ ਆ ਸੋ ਤੁਸੀਂ ਜਦੋਂ ਹੁਣ ਮੈਂ ਫੋਨ ਤੇ ਕੀਤਾ ਮੇਰਾ ਫੋਨ ਵੀ ਐਡ ਹੋ ਗਿਆ ਸੋ ਮੈਂ ਉਹ ਭਰਤਾ ਠੀਕ ਹੈ ਤਾਂ ਫਿਰ ਮੈਂ ਅੱਗੇ ਅੱਗੇ ਕੰਟੀਨਿਊ ਕਰ ਦੂੰਗਾ ਸੋ ਅੱਗੇ ਆਪਣਾ ਜਿਹੜਾ ਸਾਰਾ ਕ੍ਰੀਏਟ ਹੋ ਗਿਆ ਤੇ ਮੈਂ ਕਨਫਰਮ ਕਰ ਦੂੰਗਾ ਵੀ ਹਾਂ ਯੈਸ ਮੈਂ ਈਮੇਲ ਲੈਣੀ ਸੋ ਇੰਨੇ ਹੀ ਡਨ ਹੋ ਗਿਆ ਆਪਣਾ ਸੋ ਇਸ ਟਿਕਣਾ ਤੁਸੀਂ ਐਡ ਕਰ ਲੈਣੀ ਆ ਸੋ ਜਦੋਂ ਹੀ ਮੇਲ ਆਈਡੀ ਵੀ ਕਰ ਲੋ ਤੁਹਾਡਾ ਫੋਨ ਨੰਬਰ ਹੀ ਵਿੱਚ ਲੱਗ ਜਾਂਦਾ ਹਨਾ ਸੋ ਜਦੋਂ ਹੀ ਤੁਹਾਨੂੰ ਇਹ ਇਸ ਸਾਈਟ ਦੇ ਉੱਤੇ ਇੰਡੀਅਨ ਯੂਥ ਮਲਟੀ ਵੀਜ਼ਾ ਜਾਂ ਯੂਥ ਮਿਲਟੀ ਵੀਜ਼ਾ ਜਾਂ ਯੰਗ ਪ੍ਰੋਫੈਸ਼ਨਲ ਸਕੀਮ ਵੀਜ਼ਾ ਜਦੋਂ ਵੀ ਓਪਨ ਹੋਊਗਾ ਜਾਂ ਲੋਟਰੀ ਓਪਨ ਹੋਊਗੀ ਤੁਹਾਨੂੰ ਸਰਕਾਰ ਨਾਲ ਦੀ ਨਾਲ ਮੇਲ ਕਰ ਦਊਗੀ ਕਿ ਇਸ ਤਰੀਕ ਨੂੰ ਕੋਈ ਵੀ ਨੋਟੀਫਿਕੇਸ਼ਨ ਅਰੇ ਪੇਜ ਤੇ ਆਊਗਾ ਤੁਹਾਨੂੰ ਨਾਲ ਦੀ ਨਾਲ ਮੇਲ ਆ ਜਾਊਗੀ ਤੁਹਾਨੂੰ ਵਾਰੀ ਵਾਰੀ ਪੁੱਛਣ ਦੀ ਲੋੜ ਨਹੀਂ ਤੁਸੀਂ ਆਪਣੀ ਮੇਲ ਚੈੱਕ ਕਰਦੇ ਰਹੋ ਬਸ ਚਾਹੇ ਡੇਲੀ ਸਵੇਰੇ ਇੱਕ ਵਾਰੀ ਕਰ ਲਿਆ ਕਰੋ ਸੋ ਇਹ ਨਿਕਲ ਜਾਣੀ ਹੈ ਟੈਨਸ਼ਨ ਨਾ ਲਓ ਪਹਿਲਾਂ ਤਾਂ 10 ਦਿਨ ਪਹਿਲਾਂ ਪਤਾ ਲੱਗੂਗਾ ਇਹਦੇ ਨੋਟੀਫਿਕੇਸ਼ਨ ਦਾ ਉਸ ਤੋਂ ਬਾਅਦ ਕੀ ਹੋਊਗਾ ਕਿ ਤੁਹਾਨੂੰ ਮੇਲ ਆੜੀ ਵੀ ਆ ਜਾਊਗੀ ਲੋਕ ਵੀਡੀਓ ਵੀ ਬਣਾਉਣਗੇ ਮੈਂ ਵੀ ਵੀਡੀਓ ਬਣਾ ਦੇਣੀ ਆ ਮੈਂ ਦੱਸ ਵੀ ਦੇਣਾ ਕਿ ਲੋਟਰੀ ਕਿਵੇਂ ਪੈਣੀ ਆ ਸੋ ਇਹਦੇ ਚ ਜ਼ਿਆਦਾ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਆ ਬਟ ਯੈਸ ਬਹੁਤ ਜ਼ਿਆਦਾ ਚਾਂਸ ਆ 99% ਚਾਂਸ ਆ ਕਿ ਇਹਨੇ ਜੁਲਾਈ ਦੇ ਵਿੱਚ ਜਿਹੜੀ ਲੋਟਰੀ ਵੀਜ਼ਾ ਇਹੜੇ ਓਪਨ ਹੋ ਜਾਣਾ ਸੋ ਬੀ ਰੈਡੀ ਇਹ ਨਹੀਂ ਕਿ ਨਹੀਂ ਹੋ ਜਾਣਾ ਇਹਨੇ ਜੁਲਾਈ ਦੇ ਵਿੱਚ ਬੜਾ ਧਿਆਨ ਰੱਖਿਓ ਇਹ ਚੀਜ਼ ਦਾ ਕਈ ਵਾਰੀ ਸੀ ਘੁੰਮਣ ਕਾ ਮਨ ਜਾਵੜਦਿਆਂ 7-8 ਦਿਨ ਬਾਹਰ ਤੇ ਉਦੋਂ ਨੂੰ ਇਹ ਜਿਹੜਾ ਸਾਰਾ ਕੁਛ ਆ ਮੇਲਾ ਲੁੱਟੇ ਜਾਂਦਾ ਏ ਮੇਲਾ ਲੁੱਟਣ ਵਾਲੀ ਗੱਲ ਹੀ ਆ ਕਿਉਂਕਿ ਲੋਟਰੀ ਆ ਫ੍ਰੀ ਦੀ ਸਕੀਮ ਆ 2 ਸਾਲ ਦੀ ਸੋ ਵਧੀਆ ਆ ਜੇ ਕਿਸੇ ਦਾ ਲੱਗਦਾ ਫ੍ਰੀ ਚ ਬੰਦਾ ਹੁੰਦਾ ਤੇ ਹੋਰ ਕੀ ਚਾਹੀਦਾ ਤੇ ਪਤਾ ਕੋਈ ਨਹੀਂ ਕਿਹਦਾ ਲੱਗ ਜਾਣਾ ਇਹ ਬਸ ਇਹ ਮੰਨ ਲਓ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਘੜੇ ਚ ਪਰਚੀਆਂ ਪਾਉਣੀਆਂ ਉਹ ਚ ਚੱਕਣੀਆਂ ਜਿਹਦੀ ਕਿਸਮਤ ਖੁੱਲ ਗਈ ਖੁੱਲ ਗਈ ਕਿਸੇ ਦੀ ਕਿਸਮਤ ਵੀ ਖੁੱਲ ਸਕਦੀ ਆ ਜ਼ਰੂਰੀ ਨਹੀਂ ਆ ਕਿ ਇਹਦੇ ਚ ਤੁਹਾਡੀ ਕੋ ਉਹਨਾਂ ਨੇ ਸ਼ਕਲ ਨਹੀਂ ਵੇਖਣੀ ਕੁਝ ਨਹੀਂ ਵੇਖਣਾ ਫਿਲ ਨਾਲ ਠੀਕ ਹੈ ਉਹਦੀ ਕੀ ਰਿਕੁਆਇਰਮੈਂਟ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਆ ਤੇ ਮੈਂ ਅਗਲੀ ਵੀਡੀਓ ਚ ਵੀ ਦੱਸੂਗਾ ਕਿ ਇਹਦੀ ਰਿਕੁਆਇਰਮੈਂਟ ਜ਼ਰੂਰ ਹੁੰਦੀ ਆ ਜਿਵੇਂ 1 ਗ੍ਰੈਜੂਏਸ਼ਨ ਐਟ ਲੀਸਟ ਤੁਹਾਡੀ ਹੋਣੀ ਚਾਹੀਦੀ ਆ ਪਰ ਜਿਹਦੇ ਕੋਲੇ ਹੈ ਨਹੀਂ ਇੱਕ ਵਾਰੀ ਉਹ ਵੀ ਪਾ ਲਓ ਜਿੱਦਾ ਗੈਪ ਗੋ ਬੰਦਾ ਹਨਾ ਸੋ ਇੰਸਟਾਗ੍ਰam ਤੇ ਮੈਨੂੰ ਮੈਸੇਜ ਕਰੋ ਮੈਂ ਦੱਸੂਗਾ ਕਿਵੇਂ ਸੈਟਮ ਹੋ ਸਕਦੀ ਐ ਸੋ ਤੁਸੀਂ ਪਾ ਲਿਓ ਬਹੁਤ ਵਧੀਆ ਸਕੀਮਾਂ ਤੇ ਬਟ ਨੋਟੀਫਿਕੇਸ਼ਨ ਜਰੂਰ ਲਾ ਲਿਓ ਤੁਹਾਨੂੰ ਮੇਲ ਹੀ ਆਜੂਗੀ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਜਰੂਰਤ ਹੀ ਨਹੀਂ ਆ ਤੁਹਾਨੂੰ ਆਪੇ ਗਵਰਨਮੈਂਟ ਮੇਲ ਕਰੂਗੀ ਉਮੀਦ ਆਣ ਤੁਸੀਂ ਥੋੜਾ ਜਿਹਾ ਤੁਹਾਨੂੰ ਹੋ ਜਾਊਗਾ ਕਿ ਹਾਂਜੀ ਮੈਨੂੰ ਠੀਕ ਆ ਜੁਲਾਈ ਦੇ ਵਿੱਚ ਚੱਲਣਾ ਬਾਕੀ ਮੈਨੂੰ ਮੇਲ ਆਜੂਗੀ ਸੋ ਮੇਰੇ ਨਾਲ ਗੱਲ ਕਰਨੀ ਇੰਸਟਾਗ੍ਰam ਤੇ ਆਜ ਸਸਰੀ ਕਾਲ ਨੂੰ ਛੱਡ ਕੇ ਇੱਕ ਵਾਈਸ ਨੋਟ ਛੱਡੋ ਜੋ ਵੀ ਸਾਰੇ ਗੱਲ ਆ ਇੱਕੋ ਵਾਰੀ ਚ ਨਿਵੇੜ ਦਿਓ ਤਾਂ ਕਿ ਮੈਨੂੰ ਰਿਪਲਾਈ ਕਰਨਾ ਇੱਕ ਵਾਰੀ ਚ ਸੌਖਾ ਹੋ ਜਾਵੇ ਬੜਾ ਧੰਨਵਾਦ ਆ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮਿਲਾਂਗੇ ਨੈਕਸਟ ਵੀਡੀਓ ਤੱਕ ਤੱਕ ਲਈ ਸਸਰੀ ਕਾਲ